ਤੁਹਾਡੇ ਕੈਰੀਅਰ ਦੇ ਵਿੱਚ ਕੋਈ ਐਸੀਆਂ ਘਟਨਾਵਾਂ ਵਾਪਰੀਆਂ ਹੋਣ ਕਿ ਜਿਹਨੂੰ ਤੁਸੀਂ ਇੱਕ ਜਾਂ ਦੋ ਘਟਨਾਵਾਂ ਜਿਹਨੂੰ ਤੁਸੀਂ ਕਦੇ ਨਹੀਂ ਭੁੱਲੋਗੇ, ਕੋਈ ਐਸੀ ਗੱਲ ਸਾਡੇ ਨਾਲ ਸ਼ੇਅਰ ਕਰਨੀ ਚਾਹੋਗੇ? ਹਾਂ ਬਿਲਕੁਲ ਵੀਰ ਜੀ, ਮੈਨੂੰ ਯਾਦ ਆ 2005 ਦੇ ਵਿੱਚ ਉਦੋਂ ਸੇਮ ਸੈਕਸ ਮੈਰਿਜ ਗੱਲ ਸ਼ੁਰੂ ਹੋਈ ਸੀਗੀ, ਡਿਬੇਟ ਚੱਲ ਰਹੇ ਸੀਗੇ, ਤਾਂ ਮੈਂ ਬੜਾ ਕਲੀਅਰ ਐਂਡ ਸਖਤ ਪੋਜੀਸ਼ਨ ਲਈ ਹੈ ਕਿ ਆਈ ਸਪੋਰਟ ਦੈਟ ਲੈਜਿਸਲੇਸ਼ਨ ਬਿਕਾਜ਼ ਆਫ ਦ ਚਾਈਲਡ ਰਾਈਟਸ ਐਂਡ ਫਰੀਡਮ। ਐਂਡ ਮੈਨੂੰ ਯਾਦ ਹੈ ਕਿ ਇਟ ਵਾਸ ਨਾਟ ਈਜ਼ੀ, ਇਟ ਵਾਸ ਅ ਟਫ ਡਿਸਕਸ਼ਨ। ਇਟ ਬਜ਼ੁਰਗਾਂ ਦੇ ਨਾਲ ਗੱਲ ਕਰਨ ਨੂੰ ਮੈਨੂੰ ਯਾਦ ਆ, ਆਪਣੇ ਰਿਸ਼ਤੇਦਾਰਾਂ ਦੇ ਨਾਲ, ਆਪਣੇ ਜਿਹੜੇ ਸਪੋਰਟਰਸ ਆ, ਆਪਣੇ ਇਲਾਕੇ 'ਚ ਜਿਹੜੇ ਲੋਕ ਰਹਿੰਦੇ ਆ। For me, that was a pivotal moment because I was struggling with two realities. One was my belief in the Charter of Rights and Freedom, and the other was to respect my volunteers and supporters. And how do I bring those worlds together to have a proper and respectful dialogue? And for me, that was a defining moment.